ਜਦੋਂ ਮੈਨੂੰ ਅੰਮ੍ਰਿਤਪਾਲ ਸਿੰਘ ਸਾਡੇ ਪਿੰਡ ਪਾਈ ਸਾ ਮਿਲੇ ਆ ਨਾ ਮੇਰੀ ਇੱਕੋ ਗੱਲ ਮੰਨਦੀ ਹਿੰਦੀ ਆਂਦੇ ਵੀ ਸੰਤ ਜਰਨੈਲ ਸਿੰਘ ਕੋਲ ਦਾ ਸੀ ਤੇ ਜਦੋਂ ਮੈਨੂੰ ਜੱਫੀ ਪਾ ਕੇ ਮਿਲਿਆ ਮੈਂ ਸੱਚੀ ਗੱਲ ਕਹਿੰਦਾ ਝੂਠ ਨਹੀਂ ਕਹਿੰਦਾ ਵਾਕਿਆ ਹੀ ਉਹੋ ਹੀ ਫੀਲ ਆਈ ਆ ਜਿਹੜੀ ਬਾਬੇ ਜਰਨੈਲ ਸਿੰਘ ਦੀ ਸੀ ਬਾਬਾ ਜਰਨੈਲ ਸਿੰਘ ਨੇ ਅਰਦਾਸ ਬੇਨਤੀ ਕੀਤੀ ਸੀ ਜੋ ਪੰਥ ਦੇ ਅੱਕ ਬਣਦੇ ਆ ਉਹ ਮਿਲਦੇ ਨਹੀਂ ਆ ਤੇ ਮੈਂ ਇੱਥੇ ਬਾਰ-ਬਾਰ ਜਨਮ ਲੈਂਦਾ ਰਵਾਂ ਜੇ ਤੁਹਾਡੇ ਵਿੱਚ ਐਡੀ ਹਿੰਮਤ ਹੈਗੀ ਆ ਤੇ ਤੁਸੀਂ ਚਿੱਟਾ ਬੰਦ ਕਰਕੇ ਵਿਖਾਓ ਜਦੋਂ ਮੈਂ ਪ੍ਰਸ਼ਾਦਾ ਛਕਣ ਲੱਗਦਾ ਵਾਂ ਤੇ ਮੈਂ ਆਪਣੀ ਪਤਨੀ ਨੂੰ ਇਹ ਕਹਿਣਾ ਵਾਂ ਵੀ ਉਹ ਕਿਤਰਾ ਭੁੱਖੇ ਬੈਠੇ ਹੋਣਗੇ ਸਾਡੀ ਅਣਖ ਦਾ ਸਵਾਲ ਹੋਇਆ ਪਿਆ ਵਾ ਜੇ ਤੁਸੀਂ ਆਂਦੇ ਜੇ ਵੀ ਉੱਥੇ ਮੋਬਾਈਲ ਚੱਲ ਕੇ ਆ ਘੜੀ ਚਲ ਗਈ ਆ ਕਿਤਰਾ ਚਲ ਗਈ ਉਹ ਚਲੋ ਮੈਂ ਲੈ ਕੇ ਜਾਣਾ ਵਾਂ ਮੈਨੂੰ ਨੰਗਣਦਨ ਕੇ ਜੇਲ੍ਹ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਦਿਨਾਂ ਦੇ ਮਨ ਦੇ ਵਿੱਚ ਬਲਬਲੇ ਭਰੇ ਪਏ ਆ ਕਿਉਂ ਅਹੀਂ ਅਗੇ ਆ ਘਰਾਂ ਦੇ ਵਿੱਚ ਕੰਮ ਕਰਨ ਵਾਲੇ ਜਦੋਂ ਹਰੀ ਕੇ ਧਰਨਾ ਲੱਗਾ ਸੀ ਉਦੋਂ ਅਹੀਂ ਰੋਜ਼ ਹੀ ਉਥੇ ਹਾਜ਼ਰੀ ਭਰਦੇ ਹਾਂ ਪਰ ਗੁੱਸਾ ਇਸ ਗੱਲ ਦਾ ਮਨ ਦੇ ਵਿੱਚ ਆਉਂਦਾ ਵਾ ਕਿਉਂ ਪਹਿਲਾਂ ਅੰਮ੍ਰਿਤਪਾਲ ਮੈਰੋ ਨੇ ਵੀ ਬਹੁਤ ਬੋਲਿਆ ਵਾ ਜੋ ਜਥੇਬੰਦੀਆਂ ਦੇ ਬਾਰੇ ਬੋਲਿਆ ਵਾ ਕੁਝ ਉਹਨੇ ਗਲਤ ਬੋਲਿਆ ਵਾ ਤੇ ਕੁਝ ਸਹੀ ਵੀ ਬੋਲਿਆ ਜਿਹੜੀ ਚੀਜ਼ ਉਹਨੇ ਗਲਤ ਬੋਲੀ ਆ ਉਹ ਸਾਰਿਆਂ ਨੂੰ ਵੀ ਪਤਾ ਵਾ ਜੋ ਤਨਤਨ ਬਾਬਾ ਵਿਧੀ ਚੰਦ ਸਾਹਿਬ ਉਹਨਾਂ ਦੀ ਅਣਸਬੰਸ ਮਹਾਪੁਰਖ ਬਾਬਾ ਅਵਤਾਰ ਸਿੰਘ ਜੀ ਮੈਂ ਉਹਨਾਂ ਦੇ ਨਾਲ 12 ਸਾਲ ਰਿਹਾ ਮੈਂ ਪਰ ਔੜੀ ਮਾਤਾ ਬੈਠੀ ਆ ਉਹਦੇ ਅੱਲੇ ਵੇਖ ਕੇ ਬੜਾ ਹੀ ਜ਼ਿਆਦਾ ਮਨ ਦੇ ਵਿੱਚ ਰੋਣ ਆਉਂਦਾ ਇਹ ਗੱਲਾਂ ਵੀ ਭਗਵੰਤ ਮਾਨ ਦੀ ਮਾਣ ਨਹੀਂ ਉਹਨੂੰ ਕਹਿੰਦੀ ਮਾਂ ਜਿਹੜੀ ਹੁੰਦੀ ਉਹਦੀਆਂ ਗੱਲਾਂ ਨਹੀਂ ਹੁੰਦੀਆਂ ਉਹਨੂੰ ਕਹਵੇ ਬੇਸ਼ਰਮਾ ਨਹੀਂ ਤੇ ਖੁਰਸੀ ਛੱਡ ਕੇ ਪਾਸੇ ਹੋ ਜਾ ਜਿੰਨੇ ਜ਼ੋਰ ਦੇ ਨਾਲ ਵੋਟਾਂ ਹੀ ਪਾਈਆਂ ਉਹਨਾਂ ਉਹ ਸਾਨੂੰ ਪਤਾ ਪਰ ਉਹਨਾਂ ਗੱਲਾਂ ਨਹੀਂ ਆਉਂਦੀਆਂ ਥੋੜੀ ਬਾਤੀ ਸ਼ਰਮ ਕਰ ਲੈ ਥੋੜੀ ਬਾਤੀ ਤੇਰੇ ਬਾਰੇ ਗੁਰੂ ਰਾਮਦਾਸ ਦੇ ਗਾੜੀ ਬੈਗ ਇਹੋ ਅਰਦਾਸ ਕੀਤੀ ਮਹਾਰਾ ਸੱਚੇ ਪਾਤਸ਼ਾਹ ਹੁਣ ਇਹਨਾਂ ਦੇ ਨਾਲ ਜੁੜੇ ਆ ਇਹਨਾਂ ਦੀ ਜਿੱਤ ਕਰਾਈਂ ਇੰਨਾ ਕੰਮਾਂ ਵਾਸਤੇ ਅਰਦਾਸਾਂ ਕੀਤੀਆਂ ਸੀ ਕਿਉਂ ਆਪਾਂ ਇੱਥੇ ਆਉਣਾ ਵਾ ਹੁਣ ਮੈਂ ਆ ਗਿਆ ਵਾ ਸਾਡਾ ਵੀ ਮਾਲਡਿੰਗ ਕਰਦਾ ਕੰਮ ਆ ਮੜਕੇ ਨਹੀਂ ਆਇਆ ਜਾਣਾ ਕੋਈ ਵੇਲਾ ਨਹੀਂ ਹੈ ਗਾਈਡਾ ਤੇ ਆਪਾਂ ਤੇ ਇਹੋ ਬੇਨਤੀ ਕਰਨ ਆਏ ਆ ਵੀ ਜਥੇ ਬੰਦਿਆਂ ਨੂੰ ਵੀ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਮੈਂ 12 ਸਾਲ ਬਾਬਿਆਂ ਦੇ ਨਾਲ ਸੇਵਾ ਕੀਤੀ ਆ ਪਰ ਮਗਰ ਖੜਨ ਵਾਸਤੇ ਕਿਉਂ ਮਹਾਪੁਰਖ ਸਾਡੇ ਬਹੁਤ ਸਤਿਕਾਰਯੋਗ ਆ ਬਹੁਤ ਜਿਆਦਾ ਉਹਨਾਂ ਨੇ ਬੜਾ ਕੁਝ ਵੇਖਣਾ ਹੰਦਾ ਵਾ ਜੇ ਉਹ ਸਿੱਧੇ ਹੋ ਕੇ ਸਰਕਾਰ ਨਾਲ ਤੁਰ ਪਏ ਟੱਕਰਾ ਲੈ ਲਿਆ ਫਿਰ ਪਿੱਛੇ ਥੋੜਾ ਹਟਣਾ ਵਾ ਇਹ ਸਾਰਿਆਂ ਨੂੰ ਪਤਾ ਵਾ ਇਹ ਤੇ ਅਜੇ ਨਿੱਗੀ ਜੀ ਗੱਲ ਆ ਜਦੋਂ ਕਿਤੇ ਭਗਵੰਤ ਮਾਨਸਿਆਂ ਤੂੰ ਰਾਗਬਕ ਚੱਡੇ ਹੋਣਾ ਦੇ ਮਗਰ ਲਾ ਕੇ ਤੇ ਕੇਜਰੀਵਾਲ ਹੋਣਾ ਦੇ ਮਗਰ ਲਾ ਕੇ ਇਹ ਕੰਮ ਕਰਨਦਿਆਂ ਇਹ ਸਾਰਿਆਂ ਨੂੰ ਪਤਾ ਵਾ ਸਾਨੂੰ ਅਨ ਪੜਿਆ ਨੂੰ ਪਤਾ ਵਾ ਤੇ ਪੜਿਆਂ ਲਿਖਿਆਂ ਨੂੰ ਕਿਉਂ ਨਹੀਂ ਪਤਾ ਸਾਰਾ ਪਤਾ ਵਾ ਪਰ ਜੇ ਪੁੱਤ ਤੈਨੂੰ ਜਿਤਾ ਸਕਦੇ ਆ ਨਾ ਤੇ ਜੇ ਤੂੰ ਅੰਮ੍ਰਿਤਪਾਲ ਨੂੰ ਛੱਡ ਦੇਵੇਂ ਕੋਈ ਮੈਂ ਪਾਰਟੀ ਬਾਜੀ ਦੀ ਗੱਲ ਨਹੀਂ ਕਰ ਰਿਆ ਬੜਾ ਤੈਨੂੰ ਚੰਗਾ ਚਾਇਆ ਸੀ ਐ ਇਸ ਕਰਕੇ ਵੋਟਾਂ ਨਹੀਂ ਪਾਈਆਂ ਵੀ ਤੂੰ ਇਹੋ ਜਿਹਾ ਕੰਮ ਕਰੇ ਜਦੋਂ ਮੈਨੂੰ ਅੰਮ੍ਰਿਤਪਾਲ ਸਿੰਘ ਸਾਡੇ ਪਿੰਡ ਭਾਈ ਸਾਹਿਬ ਮਿਲੇ ਹਨ ਮੇਰੀ ਇੱਕੋ ਗੱਲ ਮੰਨਦੀਂਦੀ ਆਂਦੇ ਵੀ ਸੰਤ ਜਰਨੈਲਸੋਂ ਕਿਹੜਾ ਸੀ ਤੇ ਜਦੋਂ ਮੈਨੂੰ ਜੱਫੀ ਪਾ ਕੇ ਮਿਲਿਆ ਮੈਂ ਸੱਚੀ ਗੱਲ ਕਹਿੰਦਾ ਝੂਠ ਨਹੀਂ ਕਹਿੰਦਾ ਐ ਵਾਕਿਆਈ ਉਹੋ ਹੀ ਫੀਲ ਆਈ ਆ ਜਿਹੜੀ ਬਾਬੇ ਜਰਨੈਲ ਸਿੰਘ ਦੀ ਸੀ ਹੁਣ ਬਾਬਾ ਜਰਨੈਲ ਸਿੰਘ ਪਹਿਲਾਂ ਘਰਾਂ ਦੇ ਵਿੱਚ ਆਪਦੇ ਕੰਮ ਕਰਦੇ ਸੀ ਕਈ ਅਪਰਾਧ ਹੋ ਜਾਂਦੇ ਬੰਦੇ ਤੋਂ ਕੀ ਗੱਲ ਹੋਣ ਇਹਨੂੰ ਆਪਾਂ ਸੋਸ਼ਲ ਮੀਡੀਆ ਤੇ ਵੇਖ ਲਿਆ ਵੀ ਇਹ ਮੋਨਾ ਕੋਨਾ ਸੀ ਇਹੋ ਚੀਜ਼ਾਂ ਆਪਾਂ ਸਮਝਦੇ ਆ ਨਾ ਪਰ ਨਹੀਂ ਉਹ ਜੋ ਮਰਜ਼ੀ ਕਰਵਾ ਸਕਦਾ ਵਾ ਜੇ ਗੁਰੂ ਰਾਮਦਾਸ ਦੇ ਗਾੜੀ ਬਾਬਾ ਜਰਨੈਲ ਸਿੰਘ ਨੇ ਅਰਦਾਸ ਬੇਨਤੀ ਕੀਤੀ ਸੀ ਵੀ ਪੰਥ ਨੂੰ ਜਿੰਨਾ ਚਿਰ ਜੋ ਪੰਥ ਦੇ ਹੱਕ ਬਣਦੇ ਆ ਉਹ ਮਿਲਦੇ ਨਹੀਂ ਆ ਤੇ ਮੈਂ ਇੱਥੇ ਬਾਰ-ਬਾਰ ਜਨਮ ਲੈਂਦਾ ਰਵਾਂ ਚਾਹ ਫਿਰ ਬਾਬੇ ਜਰਨੈਲ ਸਿੰਘ ਨੂੰ ਝੂਠਾ ਗਿਣ ਲੋਗੇ ਚਾਹ ਗੁਰੂ ਰਾਮਦਾਸ ਨੂੰ ਝੂਠਾ ਗਿਣ ਲੋਗੇ ਜੇ ਆਂਦੇ ਆ ਵੀ ਸੰਤ ਮਰਦੇ ਨਹੀਂ ਆ ਉਹਨਾਂ ਦੀਆਂ ਜਿਹੜੀਆਂ ਜੇ ਆਂਦੇ ਆ ਵੀ ਰੂਹਾਂ ਹੁੰਦੀਆਂ ਵਾਂ ਤੇ ਉਹ ਭੇਜ ਨਹੀਂ ਸਕਦਾ ਹੁਣ ਅੱਜ ਕੱਲ ਪਿੰਡਾਂ ਦੇ ਵਿੱਚ ਅਸੀਂ ਬੈਠੇ ਜਦੋਂ ਸਾਥ ਦੇ ਵਿੱਚ ਕਈ ਕਹਿ ਦੇਣਗੇ ਤੁਸੀਂ ਜਰਾ ਫਲਾਣੇ ਨੂੰ ਸੰਤ ਨੂੰ ਜਿਹੜਾ ਵਾ ਗੁਰੂ ਦੇ ਨਾਲ ਜੋੜ ਦਿੰਦੇ ਜੀ ਮਹਾਰਾਜ ਦਸਵੇਂ ਪਾਤਸ਼ਾਹ ਨੇ ਕੰਮ ਇੱਥੇ ਨਿਬੜ ਗਏ ਹੀ ਹੋ ਵੀ ਅੱਜ ਤੋਂ ਗਾਂ ਗੁਰੂ ਨਹੀਂ ਕੋਈ ਹੋਊਗਾ ਤੇ ਕੀ ਗੱਲ ਉਹਨਾਂ ਨੂੰ ਕਿਸ ਤੋਂ ਇਜਾਜ਼ਤ ਲੈਣ ਦੀ ਲੋੜ ਆ ਉਹ ਕਿਦੇ ਵੀ ਆ ਸਕਦੇ ਆ ਪਰ ਦੁੱਖ じゃ ਬੜਾ ਲੱਗਦਾ ਸੰਗਤ ਤੇ ਵੀ ਹਰੀਗੇ ਜਾਂਦੇ ਰਹੇ ਆ ਪਰ ਸਾਥ ਨਹੀਂ ਦਿੱਤਾ ਜੀ ਕਦੇ ਸਾਥ ਦੇ ਦਿੰਦੇ ਤੇ ਇਹਨਾਂ ਦੀ ਕੀ ਜ਼ਰਤ ਹੀ ਇਹ ਭਾਈ ਸਾਹਿਬ ਨੂੰ ਅੰਦਰ ਕਰ ਦਿੰਦੇ ਚਲੋ ਜਦੋਂ ਅਜੜਾਲੇ ਗਏ ਆ ਮੈਂ ਤੇ ਨਹੀਂ ਗਿਆ ਉਥੇ ਸਾਡੇ ਪਿੰਡ ਦੇ ਸਿੰਘ ਗਏ ਸੀ ਜਦੋਂ ਇਹਨਾਂ ਨੇ ਐਲਾਨ ਕੀਤਾ ਸੀ ਵੀ ਭਾਈ ਜੇ ਸਾਡੇ ਸਿੰਘ ਦਾ ਕੋਈ ਗੁਨਾਹ ਹੈਗਾ ਵਾ ਤੀ ਉਹਦਾ ਪਰਚਾ ਕੱਢ ਦਿਓ ਨਹੀਂ ਤੇ ਹਰਿਆ ਕਰ ਦਿਓ ਇਹੋ ਗੱਲ ਹੋਈ ਸੀ ਜਾਂ ਤੇ ਇਹਦਾ ਪਰਚਾ ਕੱਢ ਦਿਓ ਤੇ ਜਾਂ ਇਹਨੂੰ ਹਰਿਆ ਕਰ ਦਿਓ ਨਹੀਂ ਤੇ ਅਸੀਂ ਆਵਦਾ ਰੋਜ਼ ਮਈ ਸਮਾਗਮ ਲੈ ਕੇ ਆਵਾਂਗੇ ਆਵਾਂਗੇ ਕਿਹਦੇ ਗਵਾਈ ਚ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ਰੀ ਚ ਦੱਸੋ ਹੁਣ ਪੁਲਿਸ ਪ੍ਰਸ਼ਾਸਨ ਆ ਇਹ ਆਪਣੇ ਆਪਾਂ ਨੇ ਭਰਾਵਾ ਇਹ ਤੂੰ ਮੈਂ ਤੋਂ ਬਿਨਾਂ ਤੇ ਬੋਲਦੇ ਨਹੀਂ ਆ ਤੂੰ ਮੈਂ ਇਹਨਾਂ ਦੇ ਵਿੱਚ ਪੂਰੀ ਬੜੀ ਆ ਜੇ ਤੁਹਾਡੇ ਵਿੱਚ ਐਡੀ ਹਿੰਮਤ ਹੈਗੀ ਆ ਤੇ ਤੁਸੀਂ ਚਿੱਟਾ ਬੰਦ ਕਰਕੇ ਵਿਖਾਓ ਜੇ ਤੁਹਾਡੇ ਜੈਡੀ ਮਤਾ ਕੀ ਆ ਤੇ ਚਿੱਟਾ ਬੰਦ ਕਰਕੇ ਵਿਖਾਓ ਉਹ ਜਿਹੜੀ ਚੀਜ਼ ਦਾ ਤੁਸੀਂ ਆਪੋ ਵਿੱਚ ਦੀ ਬਹਿਸ ਕੀਤੀ ਆ ਪੋਸਟ ਪਹੀਮ ਦੇ ਠੇਕੇ ਖੋਲਣੇ ਆ ਤੁਹਾਡੇ ਵਿੱਚ ਹਸਤੀ ਹੈਗੀ ਆ ਖੋਲਣ ਦੀ ਕਿਉਂ ਨਹੀਂ ਹੈਗੀ ਚਿੱਟਾ ਵਿਕਦਾ ਸਾਡੇ ਪੱਟੀ ਇਲਾਕੇ ਦਾ ਲਾਲਜੀਤ ਭੁੱਲਰਿਆ ਮੈਂ ਉਹਦੀਆਂ ਸਪੀਜਾਂ ਸੁਣਦਾ ਰਿਹਾ ਜਦੋਂ ਸਾਡੇ ਪਿੰਡ ਆਉਂਦਾਰਿਆ ਨਿਗੇ ਨਿਗੇ ਬੱਚਿਆਂ ਨੂੰ ਜੱਫੀਆਂ ਪਾਉਣੀਆਂ ਜਿੱਥੇ ਉਹਨੇ ਆਉਣਾ ਮੈਂ ਬੜਾ ਜਣਾ ਪਰ ਇੱਕ ਗੱਲ ਹੈਗੀ ਹੁਣ ਸਿੰਘ ਆਇਆ ਨਹੀਂ ਉਹ ਬਾਬੇ ਨੌਰਸੋਂ ਦੀ ਜਗ੍ਹਾ ਤੇ ਸੇਵਾ ਕਰਨਦਿਆ ਵਾ ਉਹਨੂੰ ਮੈਂ ਪੱਟੀ ਆਏ ਨੂੰ ਭਗਵੰਤ ਮਾਨ ਦੀ ਗੱਲ ਦੱਸਤੀ ਸੀ ਚਿਹਰਾ ਵੇਖ ਕੇ ਮਾ ਇਹ ਬੰਦਾ ਹੰਕਾਰਿਆ ਜਾ ਵੜਾਈ ਇਹਦਾ ਚਿਹਰਾ ਦੱਸਦਾ ਵਾ ਮਾ ਸਾਡਾ ਚਾਚਾ ਹੁੰਦਾ ਇਹਦੇ ਵਰਗਾ ਉਹਦੇ ਵਿੱਚ ਇੰਨੀ ਹੰਕਾਰ ਹੁੰਦਾ ਸੀ ਉਹ ਆਂਦਾ ਹੈ ਗੱਲ ਨਹੀਂ ਮੈਂ ਕਿਸ ਦੀ ਵੀ ਜਰਨੀ ਐ ਇਹੋ ਚੀਜ਼ ਇਹ ਬੰਦੇ ਦੇ ਵਿੱਚ ਹੈਗੀ ਆ ਜੇ ਨਹੀਂ ਹੈਗੀ ਜੇ ਤੁਸੀਂ ਇੱਥੇ ਮੈਨੂੰ ਪੁੱਛ ਸਕਦੇ ਜੇ ਉਹ ਕਮਲਿਆ ਜਿਨੇ ਅੰਮ੍ਰਿਤ ਸੰਚਾਰ ਸ਼ੁਰੂ ਕੀਤਾ ਸਾਡੇ ਪਿੰਡ ਦੇ ਵਿੱਚ ਮੇਰੇ ਹਿਸਾਬ ਨਾਲ 10 ਬੰਦੇ ਸ਼ਰਾਬ ਪੀਂਦੇ ਸੀ ਅੱਜ ਉਹ ਸਾਰੇ ਅੰਮ੍ਰਿਤਧਾਰੀ ਆ ਜਦੋਂ ਇਹ ਸਾਡੇ ਨਗਰ ਗਏ ਆ ਕੋਈ ਕਹਿ ਨਹੀਂ ਸਕਦਾ ਵੀ ਉਹ ਸ਼ਰਾਬ ਛੱਡਣਗੇ ਬਾਰੇ ਆ ਵੀ ਹੱਥ ਜੋੜ ਕੇ ਬੇਨਤੀ ਆ ਵੀ ਨਾ ਇਦਾਂ ਕਰੀਏ ਲੋਕ ਸੁਖ ਲੈਣ ਆਏ ਆ ਤੇ ਸੁਖ ਲੈਣ ਦੀਏ ਇਹਨਾਂ ਨੂੰ ਜਦੋਂ 84 ਵਾਲਾ ਟੈਗ ਹੋਇਆ ਸੀ ਤੇ ਬਾਬਾ ਦਇਆ ਸਿੰਘ ਸਾਹਿਬ ਜੀ ਨੂੰ ਇਹ ਸਿੰਘ ਨੇ ਕਿਹਾ ਬਾਬਾ ਜੀ ਬੋਲਦੇ ਨਹੀਂ ਕੁਛ ਆਂਦੇ ਬੜੇ ਜੰਗ ਕੀਤੇ ਆ ਹੰਬੇ ਪਏ ਹੁਣ ਹੁਣ ਸੁਖ ਲੈਣ ਦੀਏ ਸਿੰਘਾਂ ਨੂੰ ਆਪਾਂ ਕੋਈ ਵੀ ਕਮਾਈ ਕਰਦੇ ਆ ਸੁਖ ਲੈਣ ਵਾਸਤੇ ਕਰਦੇ ਆ ਤੇ ਸੁਖ ਲੈਣ ਦੀਏ ਮੇਲੇ ਮਣਾਉਣ ਦੀਏ ਉਹਨਾਂ ਅੱਗੇ ਵੀ ਇੱਕ ਮਸੰਗ ਦਾ ਵਜਨ ਸੁਣਦੇ ਆ ਉਹ ਕਹਿਣਾ ਸੀ ਆਨੰਦਪੁਰ ਸਾਹਿਬ ਜਾਈਦਾ ਵਾ ਉੱਥੇ ਕੀ ਕਰਦੇ ਆ ਆਪਾਂ ਫੁੱਲੜਵਾ ਜੀ ਬਹੁਤ ਜਾਦੀ ਕੋਈ ਧੀ ਭੈਣ ਨਹੀਂ ਲੈ ਕੇ ਜਾਂਦਾ ਉੱਥੇ ਬਹੁਤ ਆ ਖਾਇਆ ਪਿਆਵਾ ਥੋੜੀ ਬਾਦੀ ਆਪਣੇ ਆਪ ਦੇ ਵੀ ਆਪਾਂ ਨੂੰ ਸ਼ਰਮ ਮਹਿਸੂਸ ਕਰਨੀ ਚਾਹੀਦੀ ਆ ਹੁਣਿਆ ਵੀ ਜਦੋਂ ਮੈਂ ਪ੍ਰਸ਼ਾਦਾ ਛਕਣ ਲੱਗਦਾ ਵਾਂ ਤੇ ਮੈਂ ਆਪਣੀ ਪਤਨੀ ਨੂੰ ਇਹ ਕਹਿੰਨਾ ਵਾਂ ਵੀ ਉਹ ਕਿਤਰਾ ਭੁੱਖੇ ਬੈਠੇ ਹੋਣਗੇ ਸਾਡੀ ਅਣਖ ਦਾ ਸਵਾਲ ਹੋਇਆ ਪਿਆ ਵਾ ਵੀ ਅਸੀਂ ਜਿਹੜਾ ਗਨਾਹ ਕੀਤਾ ਬਣੀਆ ਐਨਐਸਏ ਹੁੰਦੀ ਆ ਨજર ਬੰਦ ਕਰ ਲੈਣਾ 12 ਮਹੀਨੇ ਹੁਣ ਦੱਸ ਵੀ ਹੋਰ ਕੀ ਚਾਹੁੰਦੇ ਜੇ ਜੇ ਤੁਸੀਂ ਆਂਦੇ ਜੇ ਵੀ ਉੱਥੇ ਮੋਬਾਈਲ ਚੱਲਗੇ ਆ ਘੜੀ ਚ ਲੱਗੀ ਆ ਕਿ ਤਰ੍ਹਾਂ ਚ ਲੱਗੀ ਉਹ ਚਲੋ ਮੈਂ ਲੈ ਕੇ ਜਾਣਾ ਵਾ ਮੈਨੂੰ ਨੰਗਣਦਨ ਕੇ ਜੇਲ੍ਹ ਦੇ ਵਿੱਚ ਨਹੀਂ ਨੰਗ ਸਕਦੀ ਫਿਰ ਜਿਹੜੇ ਉਹਨਾਂ ਨੇ ਬਾਥਰੂਮਾਂ ਦੇ ਵਿੱਚ ਕੈਮਰੇ ਲਾਏ ਆ ਆਪਾਂ ਨੂੰ ਪਤਾ ਵਾ ਮੇਰੀਆਂ ਮਾਈਆਂ ਭੈਣਾਂ ਸਾਰੇ ਬੈਠੇ ਆਪਾਂ ਬੜੀ ਸ਼ਰਮ ਦੀ ਗੱਲ ਆ ਜੀ ਉਹਨਾਂ ਨੇ ਲਾਏ ਆ ਤੇ ਬਹੁਤ ਹੀ ਜਿਆਦੀ ਸ਼ਰਮ ਦੀ ਗੱਲ ਹੈ ਬਹੁਤ ਹੀ ਜਿਆਦੀ ਇਹਨੂੰ ਨਹੀਂ ਸ਼ਰਮ ਆਉਂਦੀ ਜੇ ਦਾ ਉਹਨਾਂ ਦੇ ਨਾਲ ਕੋਈ ਨਾਤਾ ਲਿਕਾ ਨਹੀਂ ਹੈਗਾ ਤੇ ਬਿਆਨ ਦੇ ਦੇਵੇ ਵੀ ਮੇਰਾ ਕੋਈ ਲਾਕਾ ਦੇ ਕਣੀ ਹੈਗਾ ਫਿਰ ਵੇਖ ਲੂਗਾ ਆਪੇ ਖਾਲਸਾ ਕਿਦਾਂ ਛਡਾਉਣਾ ਉਹਨਾਂ ਨੂੰ ਪਰਿਆ ਵੀ ਤੇਰੀ ਗਾੜੀ ਭਗਵੰਤ ਮਾਨਸਿਆਂ ਹੱਥ ਜੋੜ ਕੇ ਬੇਨਤੀ ਹੂ ਆਪਾਂ ਪਹਿਲਾਂ ਕਿਤੇ ਜਾਣੇ ਆ ਤੇ ਅਗਲੇ ਤੇ ਗੜੀ ਬੇਨਤੀ ਕਰਦੇ ਆ ਮਹਾਰਾਜ ਨੇ ਮੈਂ ਕਿਹਾ ਵੀ ਤੀਜਾ ਵਾਰ ਤੇ ਭਾਰੇ ਆ ਵੀ ਬੇਨਤੀ ਆ ਤੇਰੀ ਗੜੀ ਹੱਥ ਜੋੜ ਕੇ ਕਿਉਂ ਹੋਰ ਵੀ ਸਿੰਘਾਂ ਦਾ ਟਾਈਮ ਆ ਭਾਰੇ ਆ ਵੀ ਹੁਣ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਵਾ ਗੱਲ ਚੰਗੀ ਜੀ ਨਹੀਂ ਇਹ ਕਿਉਂ ਇਹ ਮਸਲਾ ਵਾ ਭੋਖੜ ਧਾਲ ਦਾ ਆ ਸਵੇਰ ਦਾ ਚਾਰ ਵਾਰਾਂ ਛਕ ਲਿਆ ਵਾ ਤੇ ਜਿਨ੍ਹਾਂ ਨੂੰ ਅੱਜ ਕਿੰਨੇ ਦਿਨ ਹੋ ਗਏ 20 ਦਿਨ ਹੋ ਗਿਆ ਤੇ ਜੇ ਕਦੇ ਆਉਂਦਿਆਂ ਘਰ ਦੀ ਨੇ ਰੋਟੀਆਂ ਨਾ ਪਕਾਈਆਂ ਹੋਣ ਤਾਂ ਛਤਰੋ ਛਤਰੀਓ ਪੀਦਾ ਕਰੇ ਇਹ ਗੱਲਾਂ ਬਾਬਾ ਜੀ ਕਹਿਣ ਵਾਲੀਆਂ ਵਾ ਦੁੱਖਿਆ ਬਹੁਤ ਜ਼ਿਆਦਾ ਜੇ ਸਾਥ 'ਚ ਬੈਜੀਦਾ ਵਾ ਇਹੋ ਗੱਲ ਜੇ ਲੰਮੇ ਪੈਣ ਲੱਗੀਦਾ ਵਾ ਤੇ ਇਹੋ ਗੱਲ ਜੇ ਸਾਡੇ ਬੱਚੇ ਆ ਤੇ ਉਹ ਆਂਦੇ ਆ ਪੀਐਨ ਡੈਡੀ ਕੀ ਮਾੜਾ ਕੀਤਾ ਪਰ ਗੁਰੂ ਰਾਮਦਾਸ ਦੇ ਗਾੜੀ ਅਰਦਾਸ ਬੇਨਤੀ ਆ ਵੀ ਸੱਚੇ ਪਾਤਸ਼ਾਹ ਇਹਨਾਂ ਨੂੰ ਸਮੱਤ ਬਖਸ਼ ਤੇ ਜਿਹੜਾ ਆਪਾਂ ਜਥੇਬੰਦੀਆਂ ਦੇ ਬਾਰੇ ਬੋਲਦੇ ਆਂ ਹੋਊਗੀਆਂ ਕਈਆਂ ਚ ਕਮੀਆਂ ਆਪਾਂ ਨੂੰ ਨਹੀਂ ਪਤਾ ਪਰਿਆ ਵੀ ਮੈਂ ਤੇ ਮਹਾਂਪੁਰਖ ਬਾਬਾ ਬਤਾਰ ਸਿੰਘ ਜੀ ਹੁਣਾਂ ਨਾ ਰਿਹਾ ਵਾਂ ਉਹ ਤੇ ਅਰਦਾਸ ਦੇ ਨਾਲ ਹੀ ਗੁਰੂ ਸਾਹਿਬ ਦੇ ਗਾੜੀ ਅਰਦਾਸ ਕਰ ਦਿੰਦੇ ਜਦੋਂ ਤੇ ਗੁਰੂ ਸਾਹਿਬ ਐ ਮੰਨਦਾ ਵਾਂ ਜੋ ਲੋ ਇਹਨੀਆਂ ਕ ਬੇਨਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਭਰਿਆ ਵੀ ਉਹਨਾਂ ਦੀ ਗੜੀ ਬੇਨਤੀ ਆ ਵੀ ਨਾ ਇਦਾਂ ਕਰੀ ਆਉਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇਹ ਵੀ ਧਰਨਾ ਬੜੇ ਚਿਰ ਦਾ ਵੇਖਣਦੇ ਆ ਹੱਲ ਕਰਨਾ ਚਾਹੀਦਾ ਵਾ ਜਿਹੜੀਆਂ ਜਥੇਬੰਦੀਆਂ ਇਹਨਾਂ ਦਾ ਫਰਜ਼ ਬਣਦਾ ਵਾ ਤੇ ਸ੍ਰੀ ਅਕਾਲ ਸਿੱਖ ਸਾਹਿਬ ਦੇ ਜਥੇਦਾਰ ਦਾ ਤੇ ਬਹੁਤਾ ਹੀ ਜ਼ਿਆਦਾ ਫਰਜ਼ ਬਣਦਾ ਹਣਾ ਇੱਕ ਰਾਂ ਬਿਆਨ ਤੇ ਦੇਣ ਖੁੱਲ ਕੇ ਸਤਿਕਾਰਯੋਗ ਸਾਡੇ ਆ ਬਹੁਤ ਆ ਦੁੱਖਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ